ਨਰਿਤ ਸਰ ਵਿੱਚ ਇੱਕ ਮੈਡੀਕਲ ਸਟੋਰ ਖੁੱਲ੍ਹਾ ਤੇ ਮੈਡੀਕਲ ਸਟੋਰ ਦੇ ਬਾਹਰ ਨਰਿੰਦਰ ਮੋਦੀ ਦੀ ਫੋਟੋ ਵਾਲਾ ਫਲੈਕਸ ਲਗਾ ਕੇ ਉਸ ਦੇ ਥੱਲੇ ਮੋਦੀ ਖਾਨਾ ਜਿਹੜਾ ਲਿਖਿਆ ਗਿਆ ਜਦੋਂ ਨਾਨਕ ਨਾਮਲੇਵਾ ਸਿੱਖ ਸੰਗਤਾਂ ਵੱਲੋਂ ਇਸ ਦਾ ਵਿਰੋਧ ਜਤਾਇਆ ਗਿਆ ਤਾਂ ਮੈਡੀਕਲ ਸਟੋਰ ਵਾਲਾ ਉਹਨਾਂ ਨਾਲ ਵੀ ਧਮਕੀਆਂ ਜੜੀਆਂ ਉਹਨਾਂ ਨੂੰ ਦੇਣ ਲੱਗਾ ਤੇ ਕਹਿਣ ਲੱਗਾ ਮੈਂ ਕਿਸੇ ਬਾਬੇ ਨਾਨਕ ਨੂੰ ਨਹੀਂ ਜਾਣਦਾ ਜਿਸ ਤੋਂ ਬਾਅਦ ਕਾਫੀ ਬਵਾਦ ਵਿਵਾਦ ਜਿਹੜਾ ਹੋਇਆ ਤੇ ਅੱਜ ਸਿੱਖ ਜਥੇਬੰਦੀਆਂ ਤੋਂ ਜਥਾ ਸਿਰਲੱth ਖਾਲਸਾ ਤੋਂ ਪਰਮਜੀਤ ਸਿੰਘ ਅਕਾਲੀ ਜੀ ਆਏ ਜਿਨ੍ਹਾਂ ਵੱਲੋਂ ਉੱਥੇ ਆ ਕੇ ਸਾਰੇ ਮਾਮਲੇ ਦੀ ਪੜਤਾਲ ਕੀਤੀ ਗਈ ਅਸੀਂ ਗੱਲਬਾਤ ਕਰ ਲੈਨੇ ਆ ਅਕਾਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਸਾਹਿਬ ਕੀ ਮਾਮਲਾ ਸੀ ਜਿਹੜਾ ਮੋਦੀ ਦੀ ਫੋਟੋ ਲਗਾ ਕੇ ਥੱਲੇ ਮੋਦੀ ਖਾਨਾ ਲਿਖਿਆ ਗਿਆ ਸਾਨੂੰ ਤੁਹਾਡੇ ਮੀਡੀਆ ਰਾਹੀਂ ਤੇ ਸੰਗਤ ਰਾਹੀਂ ਪਤਾ ਲੱਗਾ ਸੀਗਾ ਇਥੋਂ ਦੇ ਲੋਕਲ ਸੰਗਤ ਦੇ ਵੱਲੋਂ ਸਾਡੇ ਕੋਲ ਪਹੁੰਚ ਕੀਤੀ ਗਈ ਸੀ ਕਿ ਇੱਕ ਮਨੁ ਜਿਹੜਾ ਗੁਜਜੀਤ ਸਿੰਘ ਨਾਂ ਦਾ ਜੀ ਦੁਕਾਨ ਹੈ ਤੇ ਲੋਗੜ ਕਿਲੇ ਦੇ ਅਲਾਗੇ ਉਹਦੇ ਵੱਲੋਂ ਆਪਣੀ ਦੁਕਾਨ ਦੇ ਬਾਹਰ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਾ ਕੇ ਥੱਲੇ ਮੋਦੀ ਖਾਨਾ ਲਿਖ ਕੇ ਤੇ ਉਹਨੂੰ ਮਿਸਯੂਜ਼ ਕੀਤਾ ਜਾ ਰਿਹਾ ਸੀਗਾ ਪਤਾ ਲੱਗਣ ਤੋਂ ਬਾਅਦ ਅੱਜ ਅਸੀਂ ਇੱਥੇ ਪਹੁੰਚੇ ਹਾਂ ਸਿੰਘਾਂ ਸਮੇਤ ਆ ਕੇ ਉਹਨਾਂ ਨਾਲ ਗੱਲ ਕੀਤੀ ਆ ਉਹਦੇ ਵੱਲੋਂ ਸੰਗਤੀ ਰੂਪ ਤੇ ਮੀਡੀਆ ਦੇ ਵਿੱਚ ਮਾਫੀ ਮੰਗ ਲਈ ਗਈ ਹੈ ਲਿਖਤੀ ਸਾਡੇ ਕੋਲ ਮਾਫੀ ਜੜੀ ਆ ਉਹਨੇ ਸਾਨੂੰ ਦੇ ਦਿੱਤੀ ਆ ਪਰ ਅਸੀਂ ਉਹਨੂੰ ਤਕੀਦ ਵੀ ਕੀਤੀ ਆ ਕਿ ਜੇਕਰ ਦੁਬਾਰਾ ਕੋਈ ਅਜਿਹੀ ਗਲਤੀ ਹੋਈ ਦੇ ਉੱਤੇ ਜਿਹੜੀ ਬਣਦੀ ਉਹ ਅਸੀਂ ਕਾਰਵਾਈ ਕਰਾਂਗੇ ਧਾਰਮਿਕ ਵੀ ਤੇ ਕਾਨੂੰਨੀ ਵੀ ਦੂਸਰੀ ਚੀਜ਼ ਇਹ ਦੇਖਣ ਵਾਲੀ ਹੈ ਕਿ ਬੇਸ਼ੱਕ ਕੋਈ ਸ਼ੱਕ ਨਹੀਂ ਹੈਗਾ ਵੀ ਕੁਝ ਲੋਕਾਂ ਦੇ ਵੱਲੋਂ ਜਾਣਬੁੱਝ ਕੇ ਬਾਅਦ ਚ ਕਿਹਾ ਜਾਂਦਾ ਕਿ ਸਾੜ ਕੋ ਅਨਜਾਨਤਾ ਬਸ ਹੋ ਗਈ ਪਰ ਜ਼ਿਆਦਾਤਰ ਜਾਣਬੁੱਝ ਕੇ ਜਈਆਂ ਜਿਹੜੀਆਂ ਗਲਤੀਆਂ ਕੀਤੀਆਂ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਮਾਫੀਆਂ ਮੰਗੀਆਂ ਜਾਂਦੇ ਨੇ ਮੈਨੂੰ ਲੱਗਦਾ ਵੀ ਕਿਤਨਾ ਕਿਤੇ ਖਾਲਸਾ ਪੰਥ ਨੂੰ ਸਖਤ ਹੋਣਾ ਪੈਣਾ ਆਪਣੇ ਜਿਹੜੇ ਸਾਡਾ ਮਰਿਆਦਾ ਹੈ ਜੋ ਸਾਡੀ ਰੌ ਰੀਤ ਆ ਉਹਦੇ ਮੁਤਾਬਕ ਦੋਸ਼ੀਆਂ ਨੂੰ ਥੋੜਾ ਜਿਹਾ ਕਰੜੀ ਹੱਥੀ ਲੈਣ ਦੀ ਲੋੜ ਆ ਤਾਕੇ ਨਾਥ ਪਾਵੇ ਨੀਤੇ ਕੋਈ ਵੀ ਉੜਦਾ ਵਾ ਜਦੋਂ ਪਿਛਲੇ ਕਰਨਾ ਹੋਣ ਵਾਪਰੀ ਆ ਕਿ ਇੱਕ ਬੰਦੇ ਨੇ ਗੁਰੂ ਸਾਹਿਬ ਦੇ ਜਿਸ ਰੂਪ ਦੇ ਨਾਲ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਬੇਸ਼ੱਕ ਗੁਰਬਾਣੀ ਦੀ ਕੋਈ ਬੇਦਬੀ ਨਹੀਂ ਕਰ ਸਕਦਾ ਪਰ ਸਰੂਪ ਦੇ ਨਾਲ ਛੇੜਛਾੜਾਂ ਦੀਆਂ ਹੁੰਦੀਆਂ ਨੇ ਹਾਲਾਤ ਇਦਾਂ ਦੇ ਬਣਾਏ ਜਾਂਦੇ ਨੇ ਪਰ ਜਿੰਨਾ ਚਿਰ ਸਖਤ ਜੜੀਆਂ ਉਹ ਸਜਾਵਾਂ ਇਹਨਾਂ ਦੋਸ਼ੀਆਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਜਿਹੜੇ ਤੇ ਮਨ ਲੱਦਾ ਨਾਥ ਪੈਣ ਦੀ ਜਿਹੜੀ ਆ ਕੱਲ੍ਹ ਸਭ ਕਿਦਾਂ ਦਾ ਸਮਾ ਆ ਗਿਆ ਗੁਰੂ ਸਾਹਿਬ ਜੀਆਂ ਬੇਦਬੀ ਦੀਆਂ ਆਏ ਦਿਨ ਘਟਨਾਵਾਂ ਵਧਦੀਆਂ ਜਾ ਰਹੀਆਂ ਰੁਕਦੀਆਂ ਨਹੀਂ ਪਈਆਂ ਲੇਕਿਨ ਜਦੋਂ ਦੋਸਤੀ ਫੜੇ ਜਾਂਦੇ ਆ ਤੇ ਉਹ ਮਾਫੀ ਮੰਗ ਕੇ ਆਪਣਾ ਪੱਲਾ ਛੁਡਾ ਜਾਂਦੇ ਆ ਹੁਣਾਂ ਵੀ ਕਿਤੇ ਨਾ ਕਿਤੇ ਬੇਦਬੀ ਸੀ ਕਿ ਗੁਰਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤਾ ਗਿਆ ਮੋਦੀ ਖਾਨੇ ਨੂੰ ਨਰਿੰਦਰ ਮੋਦੀ ਨਾਲ ਜੋੜਿਆ ਤੇ ਜਦੋਂ ਲੋਕਾਂ ਵੱਲੋਂ ਇਸ ਦਾ ਤਰਾਜਜਤ ਆ ਗਿਆ ਤੇ ਉਹਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਕਿਹੜਾ ਬੱਬਾ ਨਾਨਕ ਮੈਂ ਨਹੀਂ ਜਾਣਦਾ ਤੇ ਇਸ ਤਰ੍ਹਾਂ ਦੀਆਂ ਬੇਦਬੀਆਂ ਕਿਉਂ ਆਏ ਦਿਨ ਵੱਧਦੀਆਂ ਪਈਆਂ ਬਿਲਕੁਲ ਮੈਂ ਤੁਹਾਨੂੰ ਉਹੀ ਬਿੰਦ ਕਹ ਰਿਹਾ ਲੋਕਾਂ ਦਾ ਝਾਕਾ ਖੁੱਲਿਆ ਹੋਇਆ ਵਾ ਅਸਲ 'ਚ ਬਹੁਤੀ ਜਿਹੜੀ ਵੱਡੀ ਚੀਜ਼ ਹੈ ਝਾਕਾ ਖੁੱਲਾ ਹੋਇਆ ਵਾ ਸੋ ਸਾਨੂੰ ਝਾਕਾ ਬੰਦ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਸਖਤ ਹੋਣਾ ਚਾਹੀਦਾ ਖਾਲਸਾ ਪੰਥ ਨੂੰ ਸਖਤ ਹੋਣਾ ਚਾਹੀਦਾ ਹਾਂ ਇਹ ਗੱਲ ਜਿਹੜੀ ਸਾਡੇ ਸਾਹਮਣੇ ਆਈ ਸੀ ਉਹਦੇ ਬਾਰੇ ਉਹਨੇ ਸਾਨੂੰ ਇੱਕ ਕਲੈਰੀਫਿਕੇਸ਼ਨ ਦਿੱਤਾ ਕਿ ਮੇਰੇ ਵੱਲੋਂ ਇਹ ਗੱਲ ਨਹੀਂ ਕਹੀ ਗਈ ਤੇ ਦੂਸਰੀ ਗੱਲ ਉਹਦੇ ਵੱਲੋਂ ਇੱਕ ਮੌਕਾ ਕਹਿ ਸਕਦੇ ਹਾਂ ਕਿ ਸੰਗਤ ਰੂਪ 'ਚ ਮੰਗਿਆ ਸੰਗਤ ਨੂੰ ਅਸੀਂ ਪੁੱਛ ਕੇ ਹੀ ਜਿਹੜਾ ਵਾ ਸੰਗਤ ਦੀ ਸਿੰਘਾਂ ਕੀਤੀ ਜਾਂਦੀ ਹੈ ਤੇ ਉਹ ਕੋਈ ਮਾਫੀ ਨਹੀਂ ਹੋਊਗੀ ਸਿੱਧੀ ਉੱਤੇ ਕਾਰਵਾਈ ਕਰਾਈ ਜਾਊਗੀ ਲੇਕਿਨ ਸੁਣਨ ਜੇ ਵੀ ਆ ਰਿਹਾ ਕਿ ਜਿੰਨਾਂ ਵੱਲੋਂ ਉੱਥੇ ਵੀਡੀਓ ਬਣਾਈ ਗਈ ਸੀ ਜਾਂ ਵਿਰੋਧ ਕੀਤਾ ਗਿਆ ਸੀ ਉਹਨਾਂ ਤੇ ਕਾਰਵਾਈ ਜਿਹੜੀ ਪੁਲਿਸ ਕਰਦੀ ਪਈ ਕਿੰਨੀ ਇੱਕ ਸਚਾਈ ਇਸ ਗੱਲ 'ਚ ਬਿਲਕੁਲ ਸਾਨੂੰ ਨੌਜਵਾਨਾਂ ਵੱਲੋਂ ਪਤਾ ਲੱਗਾ ਸੀ ਪਰ ਉਹਦੇ ਵਿੱਚ ਇੱਕ ਸਾਨੂੰ ਕਲੀਅਰ ਹੋ ਗਈ ਹੈ ਕਿ ਜਿਹੜਾ ਦੁਕਾਨਦਾਰ ਉਹਨੇ ਸਾਨੂੰ ਕਿਹਾ ਵਾ ਕਿ ਮੇਰੇ ਵੱਲੋਂ ਕੋਈ ਕੰਪਲੇਨਟ ਨਹੀਂ ਕੀਤੀ ਕਿ ਨੌਜਵਾਨਾਂ ਉੱਤੇ ਜਿਹੜੇ ਨੌਜਵਾਨ ਆਏ ਸਨ ਪਰ ਚਾਰਜ ਸਾਹਿਬ ਨਾਲ ਵੀ ਮੇਰੀ ਹੁਣ ਗੱਲ ਹੋਈ ਆ ਜੇਕਰ ਉਹਨਾਂ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਕੋਈ ਨੌਜਵਾਨਾਂ ਦੇ ਕੰਪਲੇਂਟ ਦੀ ਗੱਲ ਜਾਂ ਕੋਈ ਸ਼ਿਕਾਇਤ ਕਰਕੇ ਜਾਂ ਇਹਨਾਂ ਦੇ ਕੋਈ ਕਾਰਵਾਈ ਕਰਨ ਦੀ ਗੱਲ ਹੋਊਗੀ ਅਸੀਂ ਜਥੇਬੰਦਕ ਤੌਰ ਤੇ ਬੱਚਿਆਂ ਦੇ ਨਾਲ ਨੌਜਵਾਨਾਂ ਨਾਲ ਖੜਾਂਗੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਜਾਊਗੀ ਕਿਸੇ ਵੀ ਜੀ ਬਿਲਕੁਲ ਐ ਅਸੀਂ ਪਰਮਜੀਤ ਸਿੰਘ ਅਕਾਲੀ ਅਸੀਂ ਉਸ ਮਹਿਲਾ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਜਿਨ੍ਹਾਂ ਵੱਲੋਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਨ੍ਹਾਂ ਵੱਲੋਂ ਇਹ ਮਾਮਲੇ ਨੂੰ ਚੁੱਕਿਆ ਗਿਆ ਸੀ ਹਾਂਜੀ ਇਹ ਜਦੋਂ ਤੁਸੀਂ ਦੇਖਿਆ ਸੀ ਉੱਥੇ ਠੀਕ ਹੈ ਬਾਬਾ ਠੀਕ ਹੈ ਜਿਹੜਾ ਮੋਦੀ ਖਾਨਾ ਲਿਖਿਆ ਗਿਆ ਸੀ ਜਦੋਂ ਤੁਸੀਂ ਵੇਖਿਆ ਸੀ ਕਿਸ ਤਰ੍ਹਾਂ ਤੁਸੀਂ ਇਤਰਾਜ਼ ਜਤਾਇਆ ਤੇ ਕੀ ਉਦੋਂ ਕਿ ਵਾਪਰਿਆ ਅ ਜਦੋਂ ਇਹ ਮਸਲਾ ਖੜਾ ਹੋਇਆ ਸੀਗਾ ਤੇ ਮੈਮ ਨੇ ਤੇ ਸਾਡੇ ਹਰਮੀਤ ਵੀਰ ਜੀ ਹੈਗੇ ਨੇ ਇਹਨਾਂ ਨੇ ਜਾ ਕੇ ਪੁੱਛਿਆ ਇੱਕ ਸਵਾਲ ਕਿ ਔਨ ਕੈਮਰਾ ਹੀ ਜਾ ਕੇ ਪੁੱਛਿਆ ਰਿਸਪੈਕਟਫੁਲੀ ਕਿ ਤੁਸੀਂ ਇਹ ਬਾਹਰ મોદી ਖਾਨੇ ਦਾ ਬੋਰਡ ਲਾ ਰੱਖਿਆ ਹੈ મોદી ਖਾਨਾ ਗੁਰੂ ਸਾਹਿਬ ਦਾ ਹੈਗਾ ਠੀਕ ਹੈ ਗੁਨਾਨੰਦ ਦੇਵ ਜੀ ਦਾ ਔਰ ਤੁਸੀਂ ਮੋਦੀ ਦੀ ਉੱਤੀ ਫੋਟੋ ਲਗਾਈ ਹੋਈ ਹੈ ਯਾਦ ਹੈ ਤੁਸੀਂ ਇਹ ਕਿਉਂ ਉਹਨਾਂ ਦਾ ਜੀ ਕੋਈ ਅਟਪਟਾ ਜਿਹਾ ਜਵਾਬ ਹੈਗਾ ਸੀਗਾ ਤੇ ਐਗਰੈਸਿਵ ਵਾਲਾ ਰੂਪ ਹੈਗਾ ਸੀਗਾ ਤੇ ਐਗਰੈਸਿਵ ਦੇ ਵਿੱਚ ਉਹਨਾਂ ਨੇ ਬਤਮੀਜ਼ੀ ਔਰ ਹੱਥ ਲਾ ਕੇ ਕਰਨੀ ਸ਼ੁਰੂ ਕੋਸ਼ਿਸ਼ ਕੀਤੀ ਬਟ ਕਿ ਉਹਨਾਂ ਕੋਲ ਜਵਾਬ ਕੋਈ ਨਹੀਂ ਸੀ ਹੈਗਾ ਇਸ ਚੀਜ਼ ਦਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੇ ਮੈਮ ਵਗੈਰਾ ਨੇ ਫੋਨ ਕੀਤਾ ਸੀ ਸਾਰੇ ਪੁੱਛੇ ਇੱਥੇ ਤੇ ਅਸੀਂ ਸਿਰਫ ਉਹਨਾਂ ਕੋ ਉਹ ਹੀ ਉਹ ਸਵਾਲ ਦੁਬਾਰਾ ਰਿਪੀਟ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਬਾਹਰ ਮੋਦੀ ਖਾਨਾ ਦਾ ਬੋਰਡ ਲਗਾਇਆ ਆਮ ਲੋਕਾਂ ਨੇ ਦੇਖ ਲਿਆ ਹੋਵੇਗਾ ਬੋਰਡ ਵੀ ਜਿਹਦੇ ਤੇ ਮੋ ਤੇ ਉਹ ਇਹੋ ਸਵਾਲ ਕੀਤਾ ਨਾ ਇਹਨਾਂ ਨੂੰ ਕੋਈ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਅਸੀਂ ਕਹਾਂ ਕੋਈ ਗੱਲ ਨਹੀਂ ਜੋ ਵੀ ਮਿਸਬੀਹੇਵ ਹੋ ਗਿਆ ਜਾਂ ਤੁਹਾਡੇ ਵੱਲੋਂ ਜਾਂ ਨਾ ਵੱਲੋਂ ਚਲੋ ਅਸੀਂ ਉਸੀ ਨੂੰ ਮਿੱਟੀ ਪਾਣੇ ਆ ਬਟ ਸਾਡਾ ਮੇਨ ਮੁੱਦਾ ਹੈਗਾ ਕਿ ਇੱਕ ਬੋਰਡ ਦਾ ਤੁਸੀਂ ਮੋਦੀ ਖਾਨਾ ਵੀ ਲਿਖਿਆ ਹੋਇਆ ਔਰ ਉੱਤੇ ਨਾਲੇ ਮੋਦੀ ਸਾਹਿਬ ਦੀ ਫੋਟੋ ਲਾਈ ਹੈ ਅਗਰ ਤੁਸੀਂ ਮੋਦੀ ਖਾਨਾ ਲਿਖਦੇ ਹੋ ਤੇ ਮੋਦੀ ਗੁਰਨਾਨਕ ਸਾਹਿਬ ਦੀ ਬੋਰਡ ਲਗਾਓ ਠੀਕ ਹੈ ਅਗਰ ਤੁਸੀਂ ਮੋਦੀ ਸਾਹਿਬ ਦੀ ਫੋਟੋ ਲਗਾਉਂਦੇ ਹੋ ਤੇ ਮੋਦੀ ਖਾਨਾ ਲਿਖਣਾ ਨਹੀਂ ਬੰਦਾ ਠੀਕ ਹੈ ਉਹ ਇੰਨਾ ਪੁੱਛਿਆ ਨਾ ਦੇ ਕੋਲੋਂ ਤੇ ਬਟ ਉਹ ਕਿਸੇ ਚੀਜ਼ ਨੂੰ ਅਕਸੈਪਟ ਕਰਨ ਲਈ ਤਿਆਰ ਨਹੀਂ ਸੀ ਉਹ ਉਸ ਟਾਈਮ ਤੇ ਉਹ ਅਗਰੈਸਿਵ ਹੋਈ ਜਾ ਰਹੀ ਸੀਗੀ ਨਹੀਂ ਜੀ ਅਸੀਂ ਮੋਦੀ ਸਾਹਿਬ ਦੀ ਫੋਟੋ ਨਹੀਂ ਹੈ ਠੀਕ ਹੈ ਮੋਦੀ ਸਾਹਿਬ ਦੀ ਫੋਟੋ ਤੁਸੀਂ ਨਾ ਹਟਾਓ ਸਾਡੇ ਰਿਸਪੈਕਟੇਬਲ ਨੇ ਠੀਕ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਤੁਸੀਂ ਇੱਕ ਦੀ ਲਜਾ ਬਜਾਏ 100 ਫੋਟੋਆਂ ਲਗਾਓ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੈ ਬਟ ਜਾਂ ਫਿਰ ਤੁਸੀਂ ਮੋਦੀ ਖਾਨਾ ਫੋਟੋ ਮੋਦੀ ਖਾਨਾ ਜਿਹੜਾ ਵਰਡ ਹੈ ਉਹ ਹਟਾ ਲਓ ਬਟ ਬੜੀ ਸਟ੍ਰੇਂਜ ਗੱਲ ਹੈਗੀ ਸੀਗੀ ਕਿ ਮੋਦੀ ਖਾਨੇ ਦਾ ਜਿਹੜਾ ਉਹਨਾਂ ਦਾ ਬ੍ਰਾਂਡ ਚੱਲਦੇ ਆ ਉਹਦਾ ਨਾਮ ਮੋਦੀ ਖਾਨਾ ਨਹੀਂ ਠੀਕ ਹੈ ਉਹ ਮੋਦੀ ਖਾਨੇ ਦੇ ਬਾਹਰ ਜਿਹੜਾ ਬੋਰਡ ਲੱਗਿਆ ਮੋਦੀ ਜੀ ਦਾ ਨਾਲ ਉੱਪਰ ਫੋਟੋ ਲੱਗੀ ਉਹਦੇ ਨਾਲ ਕੋ ਰਿਲੇਟਡ ਸਮਝ ਨਹੀਂ ਸੀ ਆ ਰਿਹਾ ਤੇ ਅਸੀਂ ਤਾਂ ਹੈਰਾਨ ਸੀ ਕਿ ਇਹ ਚੀਜ਼ ਕਿਉਂ ਹੈ ਠੀਕ ਹੈ ਯਾਦ ਇਹ ਕੋ ਸ਼ਰਾਰਤੀ ਅੰਸਰ ਪਿੱਛੇ ਹੈਗੇ ਨੇ ਕਿ ਜਿਹੜੇ ਇਹ ਚੀਜ਼ਾਂ ਕਰ ਰਹੇ ਨੇ ਅਸੀਂ ਮਤਲਬ ਇਹ ਚੀਜ਼ਾਂ ਨੂੰ ਮਤਲਬ ਕਿ ਸਾਰੇ ਜਾਣਦੇ ਹੀ ਆ ਕਿ ਸ਼ਰਾਰਤਾਂ ਕਿਤਨਾ ਕਿਤੇ ਹੁੰਦੀਆਂ ਨੇ ਇਹ ਸ਼ਰਾਰਤ ਕੀਤੀ ਜਾ ਰਹੀ ਸੀ ਇੱਕ ਨਹੀਂ ਔਰ ਤਿੰਨ ਬ੍ਰਾਂਚਾਂ ਚੱਲ ਰਹੀਆਂ ਸੀ ਇਹਨਾਂ ਦੀਆਂ ਠੀਕ ਹੈ ਅੰਮ੍ਰਿਤਸਰ ਦੇ ਵਿੱਚ ਤੇ ਅਸੀਂ ਇਹਦੇ ਤੇ ਇਤਰਾਜ਼ ਤਾਂ ਜਤਾਇਆ ਅੱਜ ਇਹਨਾਂ ਦੀਆਂ ਤਿੰਨ ਬ੍ਰਾਂਚਾਂ ਨੇ ਕੱਲ ਉਹਨਾਂ ਨੇ ਵੀ ਹੋਰ ਪੰਜਾਬ ਦੇ ਵਿੱਚ ਵੀ ਹੋਣਗੀਆਂ ਤੇ ਇਹ ਵੱਧਦੇ ਜਾਣਗੇ ਇਸ ਚੀਜ਼ ਨੂੰ ਠੱਲ ਪਾਉਣ ਵਾਸਤੇ ਅਸੀਂ ਇਹਨਾਂ ਦੇ ਨਾਲ ਆ ਕੇ ਗੱਲ ਕੀਤੀ ਸੀ ਹੁਣ ਉਹਨਾਂ ਵੱਲੋਂ ਮਾਫੀ ਮੰਗ ਲਈ ਗਈ ਕਿ ਤੁਹਾਡੇ ਵੱਲੋਂ ਮਾਫ ਕਰ ਦਿੱਤਾ ਗਿਆ ਉਹਨਾਂ ਨੂੰ ਸਾਡੇ ਆ ਕੋਈ ਝਗੜਾ ਉਸ ਦਿਨ ਵੀ ਨਹੀਂ ਸੀ ਹੈਗਾ ਅਸੀਂ ਇਹਨਾਂ ਕੋਲ ਸਿਰਫ ਦੋ ਚੀਜ਼ਾਂ ਆਖੀਆਂ ਸੀਗੀਆਂ ਅਸੀਂ ਉਸ ਦਿਨ ਵੀ ਆ ਕੇ ਇਹਨਾਂ ਨੂੰ ਬਾਇ ਰਿਸਪੈਕਟਫੁਲੀ ਹੱਥ ਜੋੜ ਕੇ ਆਖ ਰਹੇ ਸੀ ਸਾ ਮੈਂ ਆਪਣੀ ਲਾਈਵ ਵੀਡੀਓ ਦੇ ਵਿੱਚ ਵੀ ਦਿਖਾ ਸਕਦਾ ਹਾਂ ਸਾਡੇ ਕੋਲ ਪ੍ਰੂਫ ਵੀ ਹੈਗੇ ਨੇ ਕਿ ਸਾਡਾ ਅਤਰਾਜ ਕੋਈ ਨਹੀਂ ਹੈਗਾ ਮੋਦੀ ਸਾਹਿਬ ਦੇ ਨਾਲ ਤੁਸੀਂ 100 ਫੋਟੋਆਂ ਲਓਗਾ ਬਟ ਮੋਦੀ ਖਾਨਿਆ ਜੀ ਦੀ ਫੋਟੋ ਜਿਹੜਾ ਵਰਡ ਹੈਗਾ ਉਹ ਹਟਾ ਦਿਓ ਠੀਕ ਹੈ ਬਟ ਉਹਨਾਂ ਵੱਲੋਂ ਉਸ ਟਾਈਮ ਤੇ ਕੋਈ ਨਹੀਂ ਸੀ ਸੁਣੀ ਜਾ ਰਹੀ ਸਾਡੀ ਠੀਕ ਹੈ ਤੇ ਹੁਣ ਸਤਕਾਰ ਕਮੇਟੀ ਜੀ ਸਾਡੇ ਜਥੇਬੰਦੀ ਅੱਗੇ ਆਈ ਹੈ ਸਪੋਰਟ ਦੇ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਕੋਲੋਂ ਮਾਫੀਨਾਮਾ ਲੈ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਅਦਾ ਦਾ ਕੋਈ ਵੀ ਬੋਰਡ ਜਾਂ ਸਾਡਾ ਕਿਤੇ ਨਜ਼ਰ ਨਹੀਂ ਆਏਗਾ ਸਾਡੀਆਂ ਬ੍ਰਾਂਚਾਂ ਦੇ ਵਿੱਚ ਜੇ ਬਿਲਕੁਲ ਜਿਹੜੀ ਹੈ ਮਾਫੀਨਾਮਾ ਹੁਣ ਉਸ ਮੈਡੀਕਲ ਸਟੋਰ ਵਾਲੇ ਵੱਲੋਂ ਲਿਖ ਕੇ ਦੇ ਦਿੱਤਾ ਗਿਆ ਅਤੇ ਮਾਫੀ ਜਿਹੜੀ ਹੈ ਉਸ ਇਕ ਸੰਗਤਾਂ ਕੋਲੋਂ ਮੰਗ ਲਈ ਗਈ ਹੈ ਕਿ ਗਲਤੀ ਦੇ ਨਾਲ ਜਿਹੜਾ ਮੋਦੀ ਦੀ ਫੋਟੋ ਮੋਦੀ ਦੀ ਫੋਟੋ ਦੇ ਥੱਲੇ ਉਸ ਵੱਲੋਂ ਮੋਦੀ ਖ ਇਆ ਸੀ ਲੇਕਿਨ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਹੈ ਕਿ ਆਏ ਦਿਨ ਹੀ ਇਸ ਤਰ੍ਹਾਂ ਜਿਹੜੀਆਂ ਬੇਦਬੀਆਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਲੇਕਿਨ ਜਦੋਂ ਦੋਸ਼ੀ ਫੜੇ ਜਾਂਦੇ ਆ ਤਾਂ ਉਹ ਮਾਫੀ ਮੰਗ ਕੇ ਆਪਣਾ ਪੱਲਾ ਛਡਾ ਲੈਂਦੇ ਆ ਸੋ ਸਿੱਖ ਸੰਗਤਾਂ ਨੂੰ ਸਿੱਖ ਜਥੇਬੰਦੀਆਂ ਨੂੰ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਜਿਹੜੇ ਕਾਰਨਾਮੇ ਲੋਕ ਕਰਦੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕਰਵਾਈ ਜਾਵੇ ਕੈਮਰਾਮੈਨ ਸੰਨੀ ਦੇ ਨਾਲ ਮੁਕੇਸ਼ ਮਹਿਰਾਹਣੀ ਵਿਜ਼ਨ ਪੰਜਾਬ ਟੀਵੀ ਅੰਮ੍ਰਿਤਸਰ